ਸਾਹ ਜਿਹੜੀ ਲਾਲ ਜੀ ਪਈ ਆ ਉਹ ਪਾਵੇ ਕੋਲ। ਮੈਂ ਲੈਣੀ ਆ ਇਹ ਰੱਖੜੀ। ਤੈ ਰੱਖੜੀ ਕੀ ਕਰਨੀ ਆ, ਤੇਰਾ ਤਾਂ ਕੋਈ ਭਰਾ ਵੀ ਹੈ ਨੀ, ਐਵੇਂ 3 ਰੁਪਏ ਵੀ ਖਰਾਬ ਕਰੇਂਗੀ। ਲੈ ਦੱਸ, ਮੇਰੇ ਤਾਏ ਦੇ ਮੁੰਡੇ ਹੈ ਨੀ, ਛੱਡ। ਲੈ ਉਹ ਤੁਹਾਡੇ ਆ ਕੇ ਨੀ ਖੜਦੇ ਤੇ ਤੈਨੂੰ ਉਹਨਾਂ ਦੇ ਰੱਖੜੀਆਂ ਬੰਨਣ ਦਾ ਚਾਅ ਚੜਿਆ। ਹੈਗੇ ਤਾਂ ਭਰਾ ਹੀ ਨੇ ਨਾ। बलविंदर दा पेपर है, अगे तैयारी नहीं हुई है नी इना को वेल। जाओ तुसी, कित्थे धुप्प च तुरियां फिरदियां। रखड़ी 1 मिनट लगूगा। वीरे बलविंदर रखड़ी बना ला, देखी कितना चिर लग जूगा। भैने कल मेरा पेपर है, जमा तैयारी नहीं हुई, फेल हो जूं जे ना पढ़िया। शुक्र है बेबी चली गई, नहीं तो सानू घर ही छड़ के आना सी। दादी नूं तां काम ही नहीं होर कोई। नरैना बाबा नहीं सी? हाँ। इन तुसी इन्ना समान चकाया होया, वी ए तां गरीब बना जा बेचारा। जेड़ा रब भुख दिंदा ओ दाने भी दिंदा भैणे। ना दाने खरीदण वास्ते भी तां पैसे चाहिदे हुंदे ने। हां भैणे आपे जरिए बन जांदे आ। इक है रब दा नेक बंदा जिहड़ा हर महीने मैनू पैसे दे के जांदा, एहो जिहा बेसहारा बजुर्गां दा चुल्ला चलाउण लई। ते वीरे गुड़ वाली कच काई की नहीं आले? हां ओह नहीं आई। वीरे सियाल आ गया, कद लेके आउणी है? मैं क्या सी कहना नहीं मानदे, छेती मंगा दी। आजूगी भाई आजूगी। अच्छा अच्छा, चौथी नूं मेरे वीरे दा विआह।
ਤੁਹਾਡੇ ਚੋਂ ਕੌਣ ਕੌਣ ਆਊਗੀ ਵੋਟੀ ਵੇਖਣ? ਆਪਾਂ ਸਾਰੀਆਂ ਹੀ ਆਵਾਂਗੀਆਂ। ਆਹੋ ਸਾਡੇ ਬਿਨਾਂ ਲਾ ਲੈਂਗੀ ਤੂੰ ਉੱਥੇ ਰੌਣਕਾਂ। ਲੈ ਬੇਬੇ ਨੂੰ ਤਾਂ ਮੈਂ ਪਹਿਲਾਂ ਹੀ ਦੱਸਦਾ ਸੀਗਾ, ਮੈਂ ਤਾਂ ਕਾਦੀ ਤਿਆਰੀ ਖਿੱਚੀ ਬੈਠੀ ਆ। ਸਾਡੀ ਭਾਬੀ ਤਾਂ ਬਾਹਲ ਹੀ ਸੋਹਣੀ ਆ, ਜਮਾ ਹੀ ਐਕਟਰਨੀਆਂ ਵਰਗੀ ਆ। ਸਾਡੇ ਪਿੰਡ 'ਚ ਤਾਂ ਐਡੀ ਸੋਹਣੀ ਕੋਈ ਹੋਣੀ ਨਹੀਂ। ਪੰਜ ਟੈਚੇ ਆਏ ਨੇ, ਇੱਕ ਪੇਟੀ ਹੈ ਭਰੀ ਪਈ ਹੈ, ਪੰਜ ਸੂਟ ਤਾਂ ਮੇਰੇ ਲਈ ਨੇ। ਚੱਲ ਦੇਖੀ ਹੁਣ ਮੂੰਹ ਤਾਂ ਦਿਖਾ ਦੇ। ਠਹਿਰ ਜਾ ਗੁੱਡੀ, ਭਾਬੀ ਤਾਂ ਇੱਥੇ ਹੀ ਹੈ, ਇਹਨੇ ਕਿਹੜਾ ਮੁੜ ਜਾਣਾ। ਤੁਮੋ ਵੇਖ ਵੀ ਲੈਣ ਦੇ ਹੁਣ। हाँ पुत्र। निकी ले दस की पता की दी जीपा। चल बाहर आ तू। चल पुत्र निकी, पता नहीं की दी जीपा, पुत्र तू ना बाहर आ। आ जा पुत्र, आ जा। इतना थोड़ी करी था जो खराब हो जाती। ਵੀਰੇ ਵਿਦਿਆ ਪੜਾਈ ਦੀ ਸੌ ਲੱਗੀ, ਮੈਂ ਟੀ ਨਹੀਂ ਵਜਾਈ। ਕੋਈ ਗੱਲ ਨਹੀਂ, ਆਪੇ ਵੱਜ ਗਈ ਹੋਣੀ, ਮੈਨੂੰ ਲੱਗਦਾ ਸੋਚ ਲੱਗੀ ਰਹਿ ਗਈ ਸੀ। ਜੁੱਤੀ ਕਿੱਥੇ ਆ ਤੇਰੀ? ਗੱਡੀ ਵਿੱਚ। ਨਿੱਕੀ ਚਲੋ ਹੁਣ। ਫੇਰ ਵਜਾਉਣੀ ਆ? ਨਹੀਂ, ਸਾਡੀ ਨਾ ਜੁੱਤੀ ਰਹਿ ਗਈ ਸੀ। ਓ ਹਾਂਜੀ, ਤੁਸੀਂ ਦੱਸੋ ਭੈਣ ਜੀ। ਵੀਰੇ ਤੂੰ ਮੇਰੀ ਗੋੜਾ ਲਈ ਗੱਚਕ ਲੈ ਆਇਆ? ਆਓ ਆਓ ਸਰਦਾਰ ਜੀ। ਪਰਚੀ ਹਾਂ ਬਣੀ ਪਈ ਹੈ ਜੀ। ਪਰਚੀ ਮੈਂ ਕਿੱਥੇ ਰੱਖ ਬੈਠਾ? ਇੱਥੇ ਕਿੱਥੇ ਰੱਖ? ਆ ਲਓ ਆ ਪਰਚੀ ਤੁਹਾਡੀ ਬਣਾ ਕੇ। ਮੰਗੇ ਤੂੰ ਆ 300 ਰੁਪਏ ਰੱਖ, ਬਾਕੀ ਫੇਰ ਕਰਦੇ ਆ। ਮੈਨੂੰ ਜੱਗੀ ਹੁਣੀ ਡੀਕਦੇ ਆ ਤੇ ਫੇਰ ਕਰਦੇ ਆ। ਚੰਗਾ ਜੀ। ਬਜਾਲਾ ਬਜਾਲਾ ਬੁੱਗੇ, ਕੋਈ ਨਾ ਇੱਕ ਵਾਰ ਹੋਰ ਬਜਾਲਾ, ਜਵਾਕਾਂ ਦੇ ਖੇਡਣ ਨੂੰ ਲਵਾਈ ਆ ਇਹ। ਵੀਰੇ ਵਿੱਦਿਆ ਪੜਾਈ ਦੀ ਸੌ, ਮੈਂ ਟੀ ਨਹੀਂ ਵਜਾਈ। ਕੋਈ ਨਾ ਨਿੱਕੀ ਇਤਨਾ। ਓ ਇਹ ਨਹੀਂ ਹਟਦੀ, ਇਹ ਕੁੜੀ ਤਾਂ ਤੂਫਾਨ ਮੇਲਾ। ਬੱਚੀ ਬਹੁਤ ਪਿਆਰੀ ਆ ਜੀ, ਪਰ ਜਿਸ ਹਿਸਾਬ ਨਾਲ ਵਿੱਦਿਆ ਪੜਾਈ ਦੀ ਸੌ ਖਾਂਦੀ ਆ ਨਾ, 8ਵੀਂ ਨਹੀਂ ਟੱਪਦੀ। ਭੈਣਾ ਤੁਸੀਂ ਪੁੱਛਦੀਆਂ ਸੀ ਨਾ, ਇਹ ਉਹੀ ਸ਼ਖਸ ਆ ਜੋ ਬੇਸਹਾਰਾ ਬਜ਼ੁਰਗਾਂ ਦੇ ਚੁੱਲ੍ਹੇ ਬਾਲਦਾ। ਕਿਆ ਬਾਤਾਂ ਸਰਦਾਰ ਦੀਆਂ, ਭੱਠਾਈਓ ਰੱਬ ਨੇ ਭਾਗ ਲਾਏ ਨੇ। ਬੀਜੇ ਕਿੰਨੇ ਕੁ ਵਜੇ ਤੱਕ ਮੁੜਿਆ ਉਹ ਬਰਾਤ ਭਲਾ? ਪੁੱਤ ਆਥਣੀ ਹੋ ਜੋ, ਕਵੇਲੇ ਤੱਕ ਹੀ ਹੋਣਗੇ। ਉਹ ਬਾਪੂ ਜੀ ਆਪ ਤਾਂ ਚਲੇ ਗਏ, ਸਾਨੂੰ ਲੈ ਕੇ ਨਹੀਂ ਗਏ। ਪ੍ਰੀਤੀ ਮਾੜਾ ਜਿਹਾ ਪਾਣੀ ਪਾਈ ਇੱਥੇ। ਨਿੰਮੋ ਬਸ ਵੀ ਕਰ ਜਾ ਹੁਣ, ਬਥੇਰੀਆਂ ਐਡੀਆਂ ਖੁਸ਼ਲੀਆਂ ਨੇ ਤੂੰ। ਆ ਪਹਿਲਾਂ ਘੱਟ ਸੋਹਣੀਆਂ ਨੇ ਇਹ, ਸੋਹਣੀਆਂ ਤੇ ਗੁੱਡੀ ਦੀ ਭਾਬੀ ਦੀਆਂ ਨੇ, ਗੋਰੀਆਂ ਗੋਰੀਆਂ ਪਰੀਆਂ ਵਰਗੀਆਂ। ਤੂੰ ਦੇਖੀਆਂ ਕਦੇ ਪਰੀਆਂ? ਐਵੇਂ ਹੀ ਗੱਲਾਂ ਮਾਰੀ ਜਾਂਦੀ ਹੈ। ਸੱਚੀ ਗੱਲ ਹੈ, ਪਿੰਡ ਵਿੱਚ ਇੰਨੀ ਸੋਹਣੀ ਨੂੰਹ ਨਹੀਂ ਹੋਣੀ ਕਿਸੇ ਦੀ। ਮੋਟੀਆਂ ਅੱਖਾਂ, ਲੰਬੀ ਧੌਣ, ਜਾਣੀ ਦੇਖੀ ਜਾਓ। ਤੂੰ ਮੱਥੇ ਬਾਰੇ ਵੀ ਕਹਿੰਦੀ ਸੀ ਕੁਛ। ਹਾਂ, ਇੰਨਾ ਸੋਹਣਾ ਮੱਥਾ ਦੂਰੋਂ ਚਮਕਦਾ, ਦੇਖ ਕੇ ਰੱਜ ਜਿਹਾ ਹੀ ਆ ਜਾਂਦਾ ਹੈ। ਭਾਬੀ ਸ਼ਕਲ ਦਿਖਾ ਦੇ, ਭਾਬੀ ਸ਼ਕਲ ਤਾਂ ਦਿਖਾ ਦੇ। ਤੂੰ ਜਾ, ਘਰੋਂ ਕਢਵਾਏਂਗੀ ਮੈਨੂੰ। ਭਾਬੀ ਅੱਜ ਤਾਂ ਘਰੇ ਵੀ ਨਹੀਂ ਹੈਗਾ ਕੋਈ। ਹਾਏ ਭਾਬੀ, ਤੇਰੇ ਹੱਥ ਕਿੰਨੇ ਸੋਹਣੇ ਨੇ। ਲੋ ਦੱਸ ਭਾਬੀ, ਹੱਥ ਤਾਂ ਦਿਖਾ ਦੇ। ਚੱਲ ਦੋ ਉਂਗਲੀਆਂ ਦਿਖਾ ਦੇ ਭਾਬੀ, ਦਿਖਾ ਦੇ। ਚਾ ਭਾਬੀ, ਕੱਲਾ ਇੱਧਰ ਲਾ ਹੱਥ ਦਿਖਾ ਦੇ। ਲੋ ਦੱਸ ਭਾਬੀ, ਹੱਥ ਤਾਂ ਦਿਖਾ ਦਿੰਦੀ। ਹਾਏ ਨਿੰਮੋ, ਇਹਦੀ ਅੱਖਾਂ ਦੇਖ ਕਿੱਡੀਆਂ ਮੋਟੀਆਂ ਮੋਟੀਆਂ ਨੇ। ਮੈਨੂੰ ਕੁੜੀਆਂ ਕਹਿੰਦੀਆਂ ਸੀ ਵੀ ਮੇਰੀ ਭਾਬੀ ਦੀ ਅੱਖਾਂ ਨਾ ਮੋਟੀਆਂ ਮੋਟੀਆਂ ਨੇ। ਮੈਨੂੰ ਲੱਗਦਾ ਮੇਰੀ ਭਾਬੀ ਇਹੋ ਜਿਹੀ ਹੋਊ।
दोबारा दिखाई दोबारा नक देख कि तिखा कुड़ियां कहंदियां सी भी मेरे भाभी का नक तिखा वाला मैनूं लगदा मेरी भाभी इहदे वर्गी हो हुण इहदे कन्न तेरी भाभी वर्गे होणे हैना है फिर तो मेरी भाभी जमा 25 रुपए वाली गुड्डी वर्गी हो जिहड़ी मेले च मिलदी आ सारे नाल सोहणी हुंदी आ किन्नी सोहणी आ ओने मो मैनूं नहीं लगदा भी मेरी भाभी नाल सोहणी इस पिंड च होऊ कोई ना चुप करो जवाको नहीं उंज भाभी तो तेरी भी माड़ी नहीं हुण तेरी भी हिज तां उही हो सब तो सोहणी नहीं तेनू किवें पता तेरी भाभी इन्नी सोहणी है देखी है नी एवें बोली जानी है तेनू पता तेरी भाभी ना टीरी आ टीरी झाकदी किते हुंदी आ ते गल किते होर करदी आ तेनू नहीं दस्या किसे ने भाभी मैनूं आपदी शकल दिखा मैं नहीं दिखा सकती नहीं भाभी शकल पिछले मैनूं मना कीता मैं नहीं दिखा सकती ना भाभी मैनूं नहीं पता मैं तां देखणी आ क्यों तंग कर दिया कुड़ी चली ना बन मेरी गल ध्यान ना सुन मेरे सिर ते मेरा बापू है नहीं चाचा जी की कबीलदारी बहुत ज्यादा है मेरी माड़ी जी गलती ना बीज ने मैनु घरों बाहर कर देना मैं कित्थे जाऊंगी मैं नहीं दिखा सकती चल फिर तू इन्ना ही दस दे तू केड़ी अख तू टीर मार दिया मैं कदों टीर मार दिया देख भाभी टीर तो तू मार दिया मैनु निम्मो ने दसिया फिर की हो गया टीरियां केड़ा वसदियां नी साडे ना करमगढ़ मेरे नानके पिंड एक बड़ा वधिया हकीम आ देख मैं तेनों तो सुरमा लिया दूं तू फक्की मार ली तू ठीक हो जाएगी सुरमे दी फक्की नहीं भी या तो सुरमा दो या फक्की मारन नु कुछ दो दोनों चो तू किसी चीज दा भी कुछ भी कर ली तू ठीक हो जाएगी तेरा टीर जमा ठीक हो जाऊ कुट्टी मैं टीर ही नहीं मारती नहीं भाभी तो तू झूठ कहनी है देख टीर तो तू मार दिया मैनूं सहेलियां झूठ थोड़ी बोलनगियां नहीं मारती टीर मैं भाभी टीर तो तू मार दिया मैनूं दस दे फिर की हो गया नहीं मारती मैं टीर कुटी भाभी मैं किसे नूं नहीं दसदी देख नहीं मारती मैं टीर भाभी तू तो किन्नी सोहणी आ किसने दसा नहीं भी मैं चेहरा दिखाया ला चाची कोले पुगते चलीयां कुड़िए मैं चेतू की हट्टी किन्नी चली सी बीजी ने भेजा लौंग लैण चंगा है तू मेनू राह ही मिल गई आ लौंग नु पिछो ले आई पहला आ ना अमरूद ले जा अद्धे तुसी रख लियो ते अद्धे तेरे ताई नु दे दियो मैं ना विद्या बामणी दे दोते दी बधाई दे आवा बेबे जी उधर तो बापू जी ने जान नु मना कीता क्यों कुड़े तेरा बापू ना जावे तू ता जा सकदी है तेरे ताई दा घर है नहीं बापू जी झड़कणगे लफोट हुण तेरा बापू मेतो उत्ते हो गया ओनू कहदी बेबे ने कहया ਨਾਲੇ ਬੂਦਰੀਆਂ ਜੀ ਕੀ ਖਿਲਾਰੀ ਫਿਰਦੀ ਹੈ ਛੱਤ ਜੀ ਲੈ ਝਾਟੂ ਜੀ ਨਾ ਹੋਵੇ ਤਾਂ ਕਰਮੇ ਬਹੁਤ ਸਵਾਦ ਨੇ ਬਈ ਭਾਬੀ ਭਾਬੀ ਇਹ ਥੈਲਾ ਫੜ ਲਓ ਬੇਬੇ ਜੀ ਨੇ ਅਮਰੂਦ ਭੇਜੇ ਨੇ ਗੁੱਡੀ ਤੂੰ ਬਾਹਰ ਖੜੀ ਆਵਾਜ਼ਾਂ ਕਿਉਂ ਮਾਰ ਰਹੀ ਆ ਅੰਦਰ ਆ ਜਾ ਨਹੀਂ ਭਾਬੀ ਤੁਹਾਡੇ ਪ੍ਰਾਹੁਣੇ ਆਏ ਲੱਗਦੇ ਨੇ ਕੋਈ ਨਹੀਂ ਹੈਗਾ ਘਰੇ ਮੇਰੇ ਮੰਮੀ ਜੀ ਆਏ ਨੇ ਅੱਜ ਮਲਾਉਣੀ ਆ ਨਹੀਂ ਤਾਈ ਤਾਈ ਜੀ ਗੁੱਸਾ ਕਰਨ ਕੋਈ ਗੁੱਸਾ ਨਹੀਂ ਕਰੂਗਾ ਕੋਈ ਹੈ ਹੀ ਨਹੀਂ ਤਾਂ ਘਰੇ ਮੰਮੀ ਜੀ ਇਹ ਮੇਰੀ ਪਿਆਰੀ ਜੀ ਨਣਦ ਗੁੱਡੀ ਇਹਨਾਂ ਦੇ ਚਾਚਾ ਜੀ ਦੀ ਕੁੜੀ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੀਏ ਹੋਰ ਸਭ ਖੈਰ ਸੁੱਖ ਹੈ ਹਾਂਜੀ ਬੈੜੀ ਸੂਈ ਆ ਮੈਂ ਬੋਲੀ ਧਰੀ ਹੋਈ ਆ ਪਰ ਤਾਂ ਹੁਣੇ ਤਾਂ ਆਈ ਆ ਮਸਾ ਮਸਾ ਤਾਂ ਤੂੰ ਆਈ ਆ ਥੋੜੀ ਦੇਰ ਬਹਿ ਜਾ ਬੇਬੀ ਝੜਕੂਗੀ ਪਰ ਮੈਂ ਖੀਰ ਧਰੀ ਆ ਨਹੀਂ ਕੋਈ ਨਾ ਮੈਂ ਬਾਚੋ ਖਾ ਲੂੰਗੀ ਆ ਕੇ ਚੱਲੀ ਆ ਭੈਣੇ ਰੱਬ ਦਾ ਖਾਣਾ ਬੇ ਮਲੱਕੀ ਦਾ ਹੁੰਦਾ ਨਹੀਂ ਪੁੱਤ ਰੱਬ ਵਾਲਾ ਖਾਣਾ ਥੋੜੀ ਮਲੱਕੀ ਦਾ ਇਹ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਗੁੱਡਿਆ ਪੁੱਤ ਤੂੰ ਤਿਆਰ ਹੋ ਜਾ ਆਪਣੇ ਘਰੇ ਪ੍ਰਾਹੁਣਿਆਂ ਨੇ ਆਉਣਾ ਬਾਪੂ ਜੀ ਆਉਣਾ ਕਿੰਨੇ ਆ ਉਹ ਪੁੱਤ ਪਹਿਲਾਂ ਤੂੰ ਤਿਆਰ ਤਾਂ ਹੋ ਜਾ ਜਦ ਆ ਜਾਣਗੇ ਤੈਨੂੰ ਦੱਸ ਦੂੰ ਨਹੀਂ ਕਰਮੋ ਕਿੱਥੇ ਆ ਤੂੰ ਪੜਨੇ ਪੜਨੇ ਆਤਾ ਲਾ ਲਓ ਨਹੀਂ ਇਹ ਤਾਂ ਲਾ ਲਿਆ ਸੀ ਮੈਂ ਲਾਇਆ ਸੀ ਹੋ ਗਿਆ ਤਿਆਰ ਮੇਰਾ ਪੁੱਤ ਹੈ ਚੱਲ ਉੱਠ ਪੁੱਤ ਤੈਨੂੰ ਉਡੀਕਦੇ ਨੇ ਪੜਨੇ ਪੜਨੇ ਚੂੜੀ ਤੇ ਬਿੰਦੀ ਤੇ ਲਾ ਲਓ ਚੱਲ ਜਿੱਤੇ ਪਾ ਲੈ ਬੇਬੇ ਮੈਨੂੰ ਕਾਹਨੂੰ ਸਜਾਈ ਜਾਂਦੇ ਹੋ ਕੌਣ ਆਇਆ ਉਹ ਪੁੱਤ ਤੇਰੇ ਸਹੁਰੇ ਨੇ ਤੈਨੂੰ ਰੋਕਾ ਕਰਨ ਆਏ ਨੇ ਚੱਲ ਆ ਜਾ ਆ ਜਾ
ਉਹ ਮੁੰਡਾ ਉਹ ਰਾਜੂ ਵੀਰੇ ਦੇ ਵਿਆਹ ਤੇ ਆਇਆ ਤਾਂ ਸੀ ਉਹ ਵੀਰਾ ਉਹ ਲੰਬੇ ਜੇ ਕੱਦ ਵਾਲਾ ਤੈਨੂੰ ਨਾ ਕਾਸੇ ਦਾ ਪਤਾ ਨਹੀਂ ਹੁੰਦਾ ਉਹੀ ਆ ਜਿਹੜਾ ਜੀਪ 'ਚ ਫਿਰਦਾ ਰਹਿੰਦਾ महीने दा वक्फा जो अपने वक्फा की होया भला वक्फा मैंने समा जिवे किन्ना समा अच्छा जो अपने वव्वे नू सियारी हाहा व्याह विच कीवे लंगूगा मेरे दिन तेरी याद विच लंगदे ते रात तेरे सुसे नू ओंकड़ पप्पा नन्ने नू सियारी ऐड़ा कन्ना सुपनिया विच वाह प्राणे नंबर बना ले मैं कई बार अपने आप नू पुछदा के उस कुड़ी विच अजेहा की है किया? मेरी जिद ते एक एहसान करी मैं तो एक मिनट पाबी ता होर ही कुछ जा लिखया होया के न्याणे तू की पढ़ाई जाने आपा कुछ नहीं पढ़ो पढ़ो पाले तू पढ़ मेनू चिट्ठी च एह लिख के दसी के तू भी मेनू ऐसे तरह याद करती है तेरी चिट्ठी दे इंतजार च तेरा मन जिंदर एक मिनट मेनू लगता कोई आ गया पाबी हैगा कोई नहीं एमी भुलेखा लग गया मेरा साह ऊपर हो गया अच्छा आगे पढ़ पापी मेनू भी चिट्ठी लिखा दे देखी मैं भेजनी है चिट्ठी अच्छा ठीक है तू लिखी पापी लिखाई लिखा हाँ लिखा गुड मॉर्निंग ना पापी एहे नहीं नहीं एहे लिख ले गुड मॉर्निंग पालो तो लिखा एक मिनट पालो तू रहन दे पापी नहीं तू पंजाबी च लिखा कुछ अच्छा पंजाबी च हाँ लिख सवेर दी सत श्री अकाल है ਇਹਦਾ ਮਤਲਬ ਇਹ ਸੀ ਕਿ ਗੋ ਨਾ ਗੋਡਾ ਮਾਰਨੀ ਦਾ ਮਤਲਬ ਸਵੇਰ ਦੀ ਸਤਿ ਸ੍ਰੀ ਅਕਾਲ ਚਲੋ ਤੂੰ ਚਿੱਠੀ ਭੇਜ ਜਾਗਾ ਮੈਂ ਕਹਿੰਦੀ ਆ ਪਾਬੀ ਅੱਜ ਸੁਣ ਕੇ ਜਾਈ ਤੈਨੂੰ ਦੋ ਦਿਨ ਹੋ ਗਏ ਲਾਰੇ ਲਾਉਂਦੀ ਨੂੰ ਗੁੱਡੀ ਪੜ ਚੱਲ ਪੜ ਪਿਆਰੀ ਗੁੱਡੀ ਉਮੀਦ ਹੈ ਤੂੰ ਠੀਕ ਹੈ ਘਰ ਵਿੱਚ ਸਭ ਠੀਕ ਠਾਕ ਹੈ ਵਿਆਹ ਦੀ ਤਿਆਰੀ ਹੋ ਰਹੀ ਹੈ मेरे तो हुण तेरा विछोड़ा बर्दाश्त नहीं हुंदा पापी जेड़े चज दे शब्द हुंदे ने उच ते हे गुण गुण करन लग जांदी आ लड़े फिर तू पढ़ ला दिम कॉल करदी मत पढ़ तू हर वक्त मेरे खाब विच रहंदी है मेरा जी करदा पापी भाई खाब माने सपना हुंदा ना हां गुड्डी सपने मेरा जी करदा मैं उड के आ जा इस पूरी दुनिया ते हुण तेरे तो कीमती होर कुछ भी नहीं इस घर विच पापी सच्ची दसा मैं भी सारा दिन इन्ना बारे सोचती रहनी हां मेनू अपना पिंड ना अपना लगदा ही नहीं हुण मेनू लगदा भी मैं नारायणगढ़ चली जावां जिन्नी छेती हो सकदा इस घर विच सब नू तेरा बहुत इंतजार है तू जल्दी ਇਸ ਘਰ ਦੀ ਰੌਣਕ ਬਣ ਕੇ ਆ ਜਾ ਤੇਰਾ ਮਨਜਿੰਦਰ ਭਾਬੀ ਮੈਨੂੰ ਇਦਾਂ ਲੱਗਦਾ ਕਿ ਇਹ ਨਾ ਮੈਨੂੰ ਰਾਣੀਆਂ ਵਾਂਗੂ ਰੱਖਣਗੇ ਵੀ ਮੈਂ ਇਹਨਾਂ ਦੇ ਘਰ ਜਾ ਕੇ ਨਾ ਬੜੀ ਖੁਸ਼ ਰਹੂੰ ਹਨਾ ਭਾਬੀ ਪਾਬੀ ਤੂੰ ਠੀਕ ਆ ਪਾਬੀ
भाभी